ਮੇਰੇ ਪਹਿਲਾਂ 2006 ਵਿੱਚ ਦਰਦ ਹੋਇਆ ਸੀ, ਛਾਤੀ 'ਚ ਦਰਦ ਹੋਇਆ ਸੀ ਅਤੇ ਮੈਂ ਫਿਰ ਸਟੰਟ ਪਵਾਇਆ ਸੀ। ਉਸ ਤੋਂ ਬਾਅਦ ਉਦੋਂ ਦਾ ਬਿਲਕੁਲ ਠੀਕ ਠਾਕ ਰਿਹਾ, ਦਵਾਈ ਚੱਲਦੀ ਰਹੀ। ਹੁਣ ਫਿਰ ਪਿਛਲੇ ਸਾਲ ਜੂਨ ਮਹੀਨੇ ਵਿੱਚ ਫਿਰ ਮੇਰੇ ਦਰਦ ਹੋਇਆ ਸੀ। ਫਿਰ ਮੈਂ ਇਹਨਾਂ ਦਾ ਡਾਕਟਰ ਸਾਹਿਬ ਦਾ ਨੰਬਰ ਐਡ ਦੇਖਿਆ ਸੀ ਟੈਲੀਫੋਨ TV 'ਤੇ। ਫਿਰ ਮੈਂ ਡਾਕਟਰ ਗੁਰਵੀਰ ਸਿੰਘ ਗਿੱਲ ਐਕਸਫੋਰਡ ਹੋਸਪਿਟਲ, ਬਗੈਰ ਆਪਰੇਸ਼ਨ ਬਗੈਰ ਸਟੰਟ ਪਾਇਆ, ਦਵਾਈਆਂ ਦੇ ਨਾਲ ਹੀ ਨਾੜਾਂ ਜੀ ਮੇਰੀਆਂ ਸਾਫ਼ ਕਰ ਦਿੱਤੀਆਂ ਅਤੇ 1 ਸਾਲ ਹੋ ਗਿਆ ਮੈਨੂੰ, ਹੁਣ ਕੋਈ ਪ੍ਰੋਬਲਮ ਨਹੀਂ ਹੈ, ਬਿਲਕੁਲ ਠੀਕ ਠਾਕ ਆ। ਅਤੇ 2-3 ਦਿਨ ਮੈਂ ਇੱਥੇ ਦਾਖਲ ਰਿਹਾ ਸੀ, ਉਹ ਤੋਂ ਬਾਅਦ ਮੈਨੂੰ ਛੁੱਟੀ ਮਿਲ ਗਈ ਸੀ। ਮੈਂ ਡਾਕਟਰ ਸਾਹਿਬ ਦਾ ਬੜਾ ਧੰਨਵਾਦੀ ਹਾਂ ਅਤੇ ਬਹੁਤ ਵਧੀਆ ਹੋਸਪਿਟਲ, ਸਾਫ਼ ਸੁਥਰਾ ਅਤੇ ਇੱਥੇ ਜਿਹੜਾ ਸਟਾਫ ਹੈ ਉਹ ਵੀ ਬਹੁਤ ਵਧੀਆ, ਸਾਰਾ ਸਟਾਫ ਬਿਲਕੁਲ ਠੀਕ ਠਾਕ।